ਲਏ ਗਏ ਸਾਡੇ ਉਮੀਦਵਾਰ ਸ਼੍ਰੀਮਤੀ ਸੁਰਿੰਦਰ ਕੌਰ ਜੀ ਨੇ ਅੱਜ ਕਾਗਜ਼ ਦਾਖਲ ਕੀਤੇ ਹੈ। ਮੈਂ ਇਹਨਾਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਅਤੇ ਮੈਂ ਕਾਂਗਰਸ ਹਾਈ ਕਮਾਂਡ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਕ ਬਹੁਤ ਹੀ ਨੇਕ ਸੂਝਵਾਨ ਗ੍ਰਾਸਰੂਟ ਵਰਕਰ ਇੱਕ ਮਹਿਲਾ ਉਮੀਦਵਾਰ ਨੂੰ ਐਲਾਨਿਆ ਅਤੇ ਸਾਨੂੰ ਇਹਨਾਂ ਦੇ ਉਮੀਦਵਾਰ ਬਣਨ ਦੇ ਨਾਲ ਬੜਾ ਬਲ ਮਿਲਿਆ ਕਿਉਂਕਿ ਇੱਥੇ ਡਿਮਾਂਡ ਸੀ ਕਿ ਮਹਿਲਾ ਉਮੀਦਵਾਰ ਤੁਸੀਂ ਕਦੇ ਨਹੀਂ ਦਿੰਦੇ, ਮਹਿਲਾ ਉਮੀਦਵਾਰ ਦਿਓ ਅਤੇ ਨਾਲ ਨਾਲ ਕਾਂਗਰਸ ਦੇ ਵਰਕਰ ਨੂੰ ਇਹ ਸੀ ਕਿ ਸਾਡੇ ਵਿੱਚੋਂ ਦਿਓ, ਤੁਸੀਂ ਹਮੇਸ਼ਾ ਵੱਡੇ ਲੀਡਰ ਬਾਹਰੋਂ ਲਿਆ ਕੇ ਜਾਂ ਵੱਡੇ ਲੀਡਰ ਦਿੰਦੇ। ਸੋ ਅੱਜ ਪਰਿਵਾਰਵਾਦ ਵੀ ਨਹੀਂ ਰੱਖਿਆ ਪਾਰਟੀ ਨੇ ਅਤੇ ਇੱਕ ਮਹਿਲਾ ਨੂੰ ਵੀ ਉਮੀਦਵਾਰ ਬਣਾਇਆ। ਮੈਂ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ। ਅੱਜ ਕਾਗਜ਼ ਭਰੇ ਹੈ, ਮੈਂ ਬੀਬੀ ਸੁਰਿੰਦਰ ਕੌਰ ਜੀ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ। ਅਸੀਂ ਆਉਣ ਵਾਲੇ ਸਮੇਂ ਦੇ ਵਿੱਚ 20 ਦਿਨਾਂ ਦੇ ਵਿੱਚ ਲੋਕਾਂ ਕੋਲ ਜਾਵਾਂਗੇ, ਵੋਟਾਂ ਮੰਗਾਂਗੇ ਅਤੇ ਵੱਡੇ ਪੱਧਰ 'ਤੇ ਮੈਨੂੰ ਯਕੀਨ ਹੈ ਕਿ ਕਾਂਗਰਸ ਪਾਰਟੀ ਦੀ ਜਿੱਤ ਹੋਏਗੀ। ਮੈਂ ਇਹ ਕਹਿਣਾ ਕਿ ਪਾਰਟੀਆਂ ਇੰਟਰੋਸਪੈਕਸ਼ਨ ਹਮੇਸ਼ਾ ਕਰਦੀਆਂ ਰਹਿੰਦੀਆਂ, ਜੇ ਜਿੱਤਿਆ ਹੋਵੇ ਤਾਂ ਵੀ ਕਰਨੀ ਹੁੰਦੀ ਹੈ, ਜੇ ਹਾਰਿਆ ਹੋਵੇ ਤਾਂ ਵੀ ਕਰਨੀ ਹੁੰਦੀ ਹੈ। ਜੋ ਹਾਲਾਤਾਂ ਦੇ ਮੱਦੇ ਨਜ਼ਰ ਜਿਸ ਤਰੀਕੇ ਦੇ ਨਾਲ ਸਾਨੂੰ ਵੋਟ ਪਈ ਹੈ ਜਾਂ ਜਿਵੇਂ ਸਾਡੀਆਂ ਸੀਟਾਂ ਜਿੱਤੀਆਂ ਉਸ ਦੇ ਨਾਲ ਕੋਈ ਹਰਜ ਨਹੀਂ ਹੈ। ਜੇ ਉਸ ਨੂੰ ਹੋਰ ਘੋਖਿਆ ਜਾਵੇ ਕਿ ਕਿਆ ਕਿਆ ਕਿੱਥੇ ਕਮੀਆਂ ਰਹੀਆਂ ਅਤੇ ਕਿੱਥੇ ਅਸੀਂ ਸਾਨੂੰ ਸਟਰੈਂਥ ਮਿਲੀ ਹੈ, ਇਹ ਦੇਖ ਲੈਣ 'ਚ ਕੋਈ ਹਰਜ ਨਹੀਂ ਹੈ, ਪਾਰਟੀ ਨੂੰ ਦੇਖ ਲੈਣਾ ਚਾਹੀਦਾ। ਤੁਹਾਨੂੰ ਲੱਗਦਾ ਕਿ ਪਾਰਟੀ ਗੁੱਡ ਹੈਵ ਗੇਨਡ ਮੋਰ? ਇਹ ਤਾਂ ਹਮੇਸ਼ਾ ਹੀ ਰਹਿੰਦਾ ਹੈ। ਤੁਸੀਂ ਕਦੇ ਵੀ ਇਲੈਕਸ਼ਨ ਲੜੋ, ਮੈਂ 2.25 ਲੱਖ ਵੋਟਾਂ 'ਤੇ ਜਿੱਤਿਆ ਤਾਂ ਮੈਨੂੰ ਅੱਜ ਵੀ ਲੱਗਦਾ ਕਿ ਜੇ ਮੈਂ ਇਹ ਗੱਲਾਂ ਵੀ ਕਰ ਲੈਂਦਾ ਤਾਂ ਮੈਂ ਹੋਰ ਸ਼ਾਇਦ ਜਿੱਤਦਾ। ਸੋ ਇਸ ਕਰਕੇ ਇਹ ਹਮੇਸ਼ਾ ਹੀ ਰਹਿੰਦਾ ਕਿ ਜੇ ਅਸੀਂ 7 ਜਿੱਤੇ ਹੈ ਕਿਉਂ ਨਹੀਂ ਜਿੱਤੀ ਜਾ ਸਕਦੀ ਸੀ ਜੀ? ਮੈਂ ਤਾਂ ਹਮੇਸ਼ਾ ਕਹਿੰਦਾ ਕਿ ਜਿੱਤੀ ਜਾ ਸਕਦੀ ਸੀ ਔਰ ਲੀਡ ਵੀ ਹੋਰ ਵੱਧ ਸਕਦੀ ਸੀ, ਸਾਡਾ ਵੋਟ ਸ਼ੇਅਰ ਵੀ ਹੋਰ ਵੱਧ ਸਕਦਾ ਸੀ, ਇਹ ਹੁੰਦਾ ਹੀ ਹੈ। ਸੋ ਪਾਰਟੀ ਨੂੰ ਇਹ ਦੇਖਣ 'ਚ ਕੋਈ ਹਰਜ ਨਹੀਂ। ਦੇਖੋ ਬਾਰਡਰ ਵਿੱਚ ਲੜਾਈ ਲੜਨ ਕਹਿੰਦੇ ਗਿਆ ਸੀ, ਉੱਥੋਂ ਜਿੱਤ ਕੇ ਵਾਪਸ ਆ ਰਿਹਾ ਸੀ, ਰਸਤੇ 'ਚ ਪਤਾ ਲੱਗਿਆ ਕਿ ਅਜੇ ਲੜਾਈ ਖਤਮ ਨਹੀਂ ਹੋਈ, ਵਾਪਸ ਆ ਜਾਓ। ਸੋ ਮੈਨੂੰ ਐਂ ਦੱਸੋ ਕਿ ਕਿਹੜੀ ਜਿੱਤ ਕਰਕੇ ਆ ਰਿਹਾ ਸੀ ਜਿਹੜੇ ਰਾਤ ਪਟਾਕੇ ਚੱਲਣੇ ਸ਼ੁਰੂ ਕਰਤੇ? ਇਹ ਕਰਦੇ ਕਿਆ ਹੈ ਆਮ ਆਦਮੀ ਪਾਰਟੀ ਵਾਲੇ? ਯਾਰ ਤੁਸੀਂ 1000 ਕਰੋੜ ਰੁਪਏ ਦੇ ਘਪਲੇ ਦੇ ਵਿੱਚ ਅੰਦਰ ਹੋ ਅਤੇ ਪੰਜਾਬ ਦੇ ਵਿੱਚ ਜਿਹੜਾ ਘਪਲਾ ਹੋਇਆ ਮੈਂ ਉਸ ਦੀ ਵੀ ਮੰਗ ਕਰਦਾ ਕਿ ਜਿਹੜਾ ਸ਼ਰਾਬ ਸੇਮ ਪੋਲਿਸੀ ਹੈ, ਦਿੱਲੀ ਵਾਲਿਆਂ ਨੇ ਮਾੜੀ ਪੋਲਿਸੀ ਔਰ ਘਪਲੇ ਵਾਲੀ ਪੋਲਿਸੀ ਦੇਖ ਕੇ ਡਰ ਕੇ ਵਾਪਸ ਲੈ ਲਈ, ਲੇਕਿਨ ਪੰਜਾਬ ਵਾਲਿਆਂ ਨੇ ਤਾਂ ਉਹੀ ਪੋਲਿਸੀ ਅੱਜ ਤੱਕ ਚਲਾਈ ਵੀ ਹੈ। ਉਹੀ ਜਿਹੜਾ ਥੋਕ ਦਾ ਕਮਿਸ਼ਨ ਹੈ ਉਹ ਡਬਲ ਕਰਕੇ ਵੰਡੀ ਜਾ ਰਹੇ ਹੈ ਅਤੇ ਕਰੋੜਾਂ 1000 ਕਰੋੜ ਦਾ ਘਪਲਾ ਪੰਜਾਬ ਦੇ ਵਿੱਚ ਵੀ ਹੈ। ਮੈਂ ਇਹ ਮੰਗ ਕਰਦਾ ਕਿ ਪੰਜਾਬ ਵਿੱਚ ਵੀ ਇਸ ਦੀ ਘੋਖ ਹੋਣੀ ਚਾਹੀਦੀ ਹੈ ਅਤੇ ਜਿਹੜੇ ਲੋਕ ਲੁੱਟ ਰਹੇ ਦੋਵੇਂ ਹੱਥੀਂ ਪੰਜਾਬ ਨੂੰ ਉਹਨਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ। ਇੱਦਾਂ ਕਿ ਸਾਡੇ ਮੁੱਖ ਮੰਤਰੀ ਜੀ ਜਾਂਦੇ ਆ ਅਮਿਤ ਸ਼ਾਹ ਨੂੰ ਮੱਥਾ ਟੇਕ ਆਉਂਦੇ ਆ
ਤੇ ਉਹਨਾਂ ਦੇ 6 ਮਹੀਨੇ ਲੰਘ ਜਾਂਦੇ ਆ, ਹੁਣ 6 ਮਹੀਨੇ ਪੂਰੇ ਹੋਣ ਵਾਲੇ ਆ, ਹੁਣ ਫੇਰ ਜਾਣਗੇ ਸੀਐਮ ਸਾਹਿਬ। ਜਲੰਧਰ ਰਹੂਗੇ, ਲੱਗਦਾ ਕਿ ਫਰਕ ਪਊਗਾ ਚੋਣਾਂ 'ਚ ਇਸ ਚੀਜ਼ ਦਾ? ਕੌਣ ਜਿੰਦਲ ਹੋਏਗਾ ਸੀਐਮ ਸਾਹਿਬ ਕੋ ਤਰ੍ਹਾਂ ਲੱਗੇ? ਉਹ ਯਾਰ ਪਹਿਲੇ ਉਰੇ ਤਾਂ ਦੜਾ ਸੱਟਾ ਬਹੁਤ ਚੱਲਦਾ, ਨਸ਼ਾ ਪਹਿਲੇ ਉਰੇ ਬਹੁਤ ਹੈ, ਤੁਸੀਂ ਉਹਨੂੰ ਉਰੇ ਹੋਰ ਲਿਆ ਕੇ ਬਿਠਾ ਲਾਂਗੇ, ਹੋਰ ਵੱਧ ਜੂਗਾ, ਸਾਰੇ ਪੰਜਾਬ ਦੇ ਵਿੱਚ ਵੱਧ ਗਿਆ। ਜਿਸ ਦਿਨ ਦਾ ਇਹ ਮੁੱਖ ਮੰਤਰੀ ਬਣਿਆ, ਘਰ ਘਰ ਦੇ ਵਿੱਚ ਨਸ਼ਾ ਵਿਕਣ ਲੱਗ ਗਿਆ। ਮੈਂ ਪਹਿਲਾਂ ਕਿਹਾ ਸੀ ਸਟੇਟ ਚਲਾਉਣ ਦੇ ਵਿੱਚ ਔਰ ਸਟੇਜ ਚਲਾਉਣ ਦੇ ਵਿੱਚ ਫਰਕ ਹੈ। ਇਹ ਬੰਦਾ 2 ਸਾਲ ਤੋਂ ਸਟੇਜ ਇਹ ਚਲਾ ਰਿਹਾ, ਇਹਨੇ ਸਟੇਟ ਨਹੀਂ ਚਲਾਈ, ਨਾ ਹੀ ਇਸ ਤੋਂ ਚੱਲਣੀ ਹੈ। ਬੜੀ ਛੇਤੀ ਮੈਨੂੰ ਪੂਰੀ ਉਮੀਦ ਹੈ ਕਿ ਇਸ ਤੋਂ ਨਿਜਾਤ ਮਿਲ ਜਾਣੀ। ਆਹ ਤੁਸੀਂ ਚੋਣ ਜਿਤਾਓ ਸਾਨੂੰ, ਉਸ ਤੋਂ ਬਾਅਦ ਇਹਨਾਂ ਦੀ ਛੁੱਟੀ ਹੋ ਜਾਣੀ। ਹਾਂ ਮੈਂ ਤਾਂ ਅੱਜ ਵੀ ਕਹਿ ਰਿਹਾ ਥੋੜ੍ਹਾ ਜਿਹਾ ਟਾਈਮ ਤਾਂ ਲੱਗੂਗਾ ਨਾ, ਥੋੜ੍ਹਾ ਜਿਹਾ ਟਾਈਮ ਲਓ। ਇਹ ਜਾ ਰਹੀ ਹੈ ਸਰਕਾਰ ਬੜੀ ਛੇਤੀ, ਇਹ ਹੁਣ ਆਪਣੇ ਆਖਰੀ ਪੜਾਅ ਦੇ ਵਿੱਚ ਹੈ, ਆਖਰੀ ਦਿਨਾਂ ਦੇ ਵਿੱਚ ਹੈ, ਉਸ ਤੋਂ ਬਾਅਦ ਵਜ੍ਹਾ ਨਾ ਕੰਮ। ਦੇਖੋ ਗੱਲ ਸੁਣੋ, ਇਹਨਾਂ ਦੇ ਇੱਕ ਛਾਬਾ ਹੁੰਦਾ ਨਾ, ਛਾਬੇ 'ਚ ਡੱਡੂ ਪਾ ਦਿਓ, ਉਹ ਕਦੇ 1 ਗਿਰ ਜਾਂਦਾ, ਕਦੇ 2 ਵਾਰ ਗਿਰ ਜਾਂਦਾ, ਕਦੇ ਛਾਬਾ ਉਲਟਾ ਹੋ ਜਾਂਦਾ। ਛਾਬਾ ਉਲਟਾ ਹੋਣ ਵਾਲਾ ਅਤੇ ਇਹ ਸਰਕਾਰ ਰਹਿਣੀ ਨਹੀਂ ਹੈ ਥੋੜ੍ਹੇ ਦਿਨਾਂ ਤੱਕ। ਆਹ ਇਲੈਕਸ਼ਨ ਦੀ ਵੇਟ ਕਰ ਲਓ ਤੁਸੀਂ, ਜਾਂ ਬਜ਼ਾਰਾਂ ਦੇ ਜ਼ਿਆਦਾ 4 ਇਲੈਕਸ਼ਨ ਜਿਹੜੇ ਮਹੀਨੇ ਦੇ ਵਿੱਚ ਵਿੱਚ ਅਗਲੇ 'ਚ ਹੋ ਜਾਣੇ। ਤੁਹਾਡੀ ਜਗ੍ਹਾ 'ਤੇ ਹੁਣੇ ਹਰਪਾਲ ਚੀਮਾ ਬੈਠੇ ਸੀ, ਉਹ ਕਹਿ ਕੇ ਗਏ 5 ਚੋਂ 4 ਗਰੰਟੀਆਂ ਤਾਂ ਪੂਰੀਆਂ ਹੋ ਗਈਆਂ, ਅਤੇ ਨਾਲ ਹੀ ਅਮਨ ਅਰੋੜਾ ਨੇ ਕਹਿਤਾ ਕਿ ਸਾਡਾ ਜਿਹੜਾ ਪੁਰਾਣਾ ਐਮ ਐਲ ਸੀ ਉਹ ਪਿੱਟ ਚੂਰਾ ਮਾਰ ਕੇ। ਨਹੀਂ 5 ਚੋਂ 4 ਨਹੀਂ ਹੋਈ, 13 ਚੋਂ 3 ਗਰੰਟੀਆਂ ਰਹਿ ਗਈਆਂ, ਉਹ ਵੀ ਹੁਣ ਖਤਮ ਹੋ ਜਾਣੀ ਹੈ। ਨਹੀਂ ਏਦਾਂ ਹੈ ਕਿ ਘੱਟ ਤੇ ਘੱਟ ਲੋਕਾਂ ਦੇ ਫਤਵੇ ਦੇ ਅੱਗੇ ਸਿਰ ਝੁਕਾਉਣਾ ਚਾਹੀਦਾ। ਲੋਕਾਂ ਨੇ ਉਸ ਨੂੰ ਚੁਣ ਕੇ ਆਪਣਾ ਨੁਮਾਇੰਦਾ ਬਣਾਇਆ, ਲੈਟ ਹਿਮ ਰਿਪ੍ਰੈਜੈਂਟ ਦਾ ਪਬਲਿਕ। ਉਸਨੂੰ ਮੌਕਾ ਦੇਣਾ ਚਾਹੀਦਾ ਕਿ ਉਹ ਪਬਲਿਕ ਦੇ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਉਹਨਾਂ ਨੂੰ ਪਾਰਲੀਮੈਂਟ 'ਚ ਜਾ ਕੇ ਰਿਪ੍ਰੈਜੈਂਟ ਕਰੇ। ਸੋ ਇਸ ਤਰ੍ਹਾਂ ਅਨਸੈਸਰੀਲੀ ਬਿਨਾਂ ਕਾਰਨ ਤੋਂ NSA ਵਧਾਉਣਾ ਕੋਈ ਚੰਗੀ ਗੱਲ ਨਹੀਂ ਹੈ, ਮੈਂ ਇਸ ਦੀ ਨਿੰਦਾ ਕਰਦਾ। ਯਾਰ ਆਪਾਂ ਭੈਣ ਜੀ ਦੇ ਕਾਗਜ਼ ਜਮ੍ਹਾਂ ਕਰਾਉਣਾ ਹੈ ਪੰਜਾਬ, ਸ਼ਰਮ ਤਾਂ ਇਹਨਾਂ ਨੂੰ ਆਪ ਆਉਣੀ ਚਾਹੀਦੀ ਹੈ ਕਿ ਜਿਹੜੀ ਪਾਲਿਸੀ ਪਿੱਛੇ CM ਦਿੱਲੀ ਅੰਦਰ ਬੈਠਾ ਹੈ, ਤੁਸੀਂ ਉਸੇ ਉਹੀ ਪਾਲਿਸੀ ਚਲਾਈ ਜਾਂਦੇ ਹੋ। ਤੁਸੀਂ ਸ਼ਰਮ ਕਰੋ, ਤੁਸੀਂ ਇਹ ਲੁੱਟ ਬੰਦ ਕਰੋ। ਲੇਕਿਨ ਸ਼ਰਾਬੀਆਂ ਦੀ ਸਰਕਾਰ ਹੈ, ਨਸ਼ੇ ਵਿਕ ਰਹੇ ਹੈ ਅਤੇ ਨਸ਼ੇ ਇੱਥੇ ਵੱਧ ਰਹੇ ਹੈ। ਜਿੰਨਾ ਚਿੱਟਾ ਬੈਸਟ ਦੇ ਵਿੱਚ ਵਿਕ ਰਿਹਾ ਸ਼ਾਇਦ ਕਿਤੇ ਨਹੀਂ ਵਿਕਦਾ, ਜਿੰਨਾ ਨਰਕ ਬੈਸਟ ਦੇ ਵਿੱਚ ਹੈ ਸ਼ਾਇਦ ਕਿਤੇ ਪੰਜਾਬ ਦੇ ਵਿੱਚ ਨਹੀਂ ਹੈ। ਬੈਸਟ ਦੇ ਲੋਕ ਅੱਜ ਉਸਦਾ ਜਵਾਬ ਐਸੀ ਜਿਹੜੇ ਮੁੱਦੇ ਆ, ਇਹਨਾਂ ਨੇ ਮੇਰੇ ਤੋਂ ਮੁੱਦੇ ਪੁੱਛਿਆ, ਨਸ਼ਿਆਂ ਦਾ ਮੁੱਦਾ ਮੇਨ ਹੈ ਜੀ। ਇਸ ਬੈਸਟ ਹਲਕੇ ਦੇ ਵਿੱਚ ਹਰ ਗਲੀ ਦੇ ਵਿੱਚ ਪਾਣੀ ਘੁੰਮ ਰਿਹਾ ਗੰਦਾ। ਮੈਂ ਕੱਲ੍ਹ ਹੀ ਗੱਦੇ ਪਾਣੀ ਵਿੱਚ ਨੂੰ ਲੰਘ ਕੇ ਆਇਆ, ਸਮੈਲ ਇੰਨੀ ਹੈ ਕਿ ਉੱਥੇ ਰਹਿਣਾ ਮੁਹਾਲ ਹੈ। ਪੀਣ ਵਾਸਤੇ ਗੰਦਾ ਪਾਣੀ ਆਉਂਦਾ ਹੈ ਲੋਕਾਂ ਦੇ ਘਰਾਂ ਦੇ ਵਿੱਚ। ਐਸੀ ਇੱਥੇ ਨਸ਼ਾ ਖਤਮ ਕਰਨਾ ਔਰ ਇੱਥੇ ਦੀ ਡਿਵੈਲਪਮੈਂਟ ਸਿੱਧੀ ਕਰਨੀ ਹੈ। ਮੈਂ MC ਰਿਹਾ, ਭੈਣ ਜੀ MC ਰਹੇ, ਸਾਨੂੰ ਪਤਾ ਕਿਸ ਤਰੀਕੇ ਦੇ ਨਾਲ ਡਿਵੈਲਪਮੈਂਟ ਕਰਾਉਣੀ ਹੈ। ਅੱਜ ਇਹ ਸਰਕਾਰ ਨੂੰ ਜੇ ਸਬਕ ਸਿਖਾਓਗੇ ਤਾਂ ਇਹਨਾਂ ਨੂੰ ਹਲੂਣਾ ਦੇਣਾ, ਇਸ ਕਰਕੇ ਇਹਨਾਂ ਨੂੰ ਹਰਾਉਣਾ ਜ਼ਰੂਰੀ ਹੈ। ਇੱਥੇ ਮੁੱਖ ਮੰਤਰੀ ਆ ਕੇ ਬੈਠ ਜਾਵੇ, ਇੱਥੇ ਜਿਹੜਾ ਮਰਜ਼ੀ ਆ ਕੇ ਬੈਠੇ, ਲੇਕਿਨ ਲੋਕਾਂ ਨੇ ਜਿਹੜੀ ਵੋਟ ਹੈ ਉਹ ਸਰਕਾਰਾਂ ਦੇ ਉਲਟ ਪਾਉਣੀ ਹੈ, ਚਾਹੇ ਉਹ ਕੇਂਦਰ ਸਰਕਾਰ ਹੈ
ਚਾਹੇ ਉਹ ਪੰਜਾਬ ਦੀ ਸਰਕਾਰ। ਜਦੋਂ ਉਸ ਲੈਵਲ ਤੇ ਆਵਾਂਗੇ ਇਹ ਤੁਸੀਂ ਗੱਲ ਕਰਿਓ, ਮੈਂ ਜਵਾਬ ਦਊਂਗੀ। ਮੈਂ ਕਾਂਗਰਸ ਪਾਰਟੀ ਹਾਈ ਕਮਾਨ ਦੀ ਤਹਿ ਦਿਲੋਂ ਧੰਨਵਾਦੀ ਹਾਂ, ਜਿਹੜਾ ਉਹਨਾਂ ਨੇ ਇੱਕ ਮਹਿਲਾ ਵਰਕਰ ਨੂੰ, ਇੱਕ ਜਲੰਧਰ ਦੀ ਬੇਟੀ ਨੂੰ, ਇੱਕ ਪੰਜਾਬ ਦੀ ਧੀ ਨੂੰ ਟਿਕਟ ਦੇ ਨਾਲ ਨਵਾਜਿਆ। ਮਹਿਲਾ ਵਰਗ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਇਸ ਚੀਜ਼ ਦਾ, ਔਰ ਅਸੀਂ ਇਹ ਜਿਹੜੀ ਸੀਟ ਆ ਸਾਡੇ ਵੈਸਟ ਦੇ ਜਿਹੜੇ ਵੋਟਰ ਆ ਇਹ ਸੀਟ ਜਿੱਤ ਕੇ ਅਸੀਂ ਕਾਂਗਰਸ ਦੀ ਚੋਈ ਲੋਕਾਂ ਦੇ ਵਿੱਚ ਵਿਚਰ ਗਿਆ। ਤੁਹਾਨੂੰ ਕਿਹੜੇ ਕਿਹੜੇ ਮੁੱਦੇ ਪਤਾ ਲੱਗੇ ਨੇ? ਚੰਨੀ ਸਾਹਿਬ ਨੇ ਹੁਣੇ ਤੁਹਾਨੂੰ ਦੱਸਿਆ ਕਿ ਮੇਨ ਮੁੱਦੇ ਜਿਹੜੇ ਹੈਗੇ ਆ, ਜਿਸ ਤਰ੍ਹਾਂ ਜੇ ਤੁਸੀਂ ਵੈਸਟ ਦੇ ਕਹਿੰਦੇ ਤਾਂ ਦੱਸਿਆ ਕਿ ਨਸ਼ਾ ਹੈਗਾ, ਔਰ 23 ਵਾਰਡ ਹੈਗੇ ਆ ਜਲੰਧਰ ਵੈਸਟ ਦੇ ਵਿੱਚ, ਹਰ ਵਾਰਡ ਦੇ ਵਿੱਚ ਇਹੋ ਹੀ ਪ੍ਰੋਬਲਮ ਹੈ। ਔਰ ਜਦੋਂ ਦੀ ਇਹ 2.5 ਸਾਲਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਬੇੜਾ ਗਰਕ ਹੋ ਗਿਆ, ਨਾ ਕਿਤੇ ਲਾਅ ਐਂਡ ਆਰਡਰ ਦੀ ਸਥਿਤੀ ਨੋਰਮਲ ਹੈਗੀ ਆ, ਨਸ਼ਿਆਂ ਦੀ ਭਰਮਾਰ ਹੈ, ਲਾਟਰੀ ਸਿਸਟਮ ਜ਼ੋਰਾਂ 'ਤੇ ਹੈ। ਮੈਂ ਇੱਕ ਦੋ ਜਗ੍ਹਾ ਗਈ ਜਦੋਂ ਚੰਨੀ ਸਾਹਿਬ ਦੇ ਨਾਲ ਵੀ ਅਸੀਂ ਇਲੈਕਸ਼ਨ ਕੈਂਪੇਨ 'ਤੇ ਜਾਂਦੇ ਰਹੇ ਹਾਂ, ਔਰ ਬੀਬੀਆਂ ਰੋਂਦੀਆਂ ਕਿ ਸਾਡੇ ਬੱਚੇ ਦੇਖੋ ਪਏ ਆ, ਜਿਨ੍ਹਾਂ ਨੇ ਕਮਾਈ ਕਰਕੇ ਮਾਂ ਬਾਪ ਨੂੰ ਖਿਲਾਉਣਾ ਸੀਗਾ, ਉਹ ਮਾਂ ਬਾਪ ਉਹਨਾਂ ਵੱਲ ਦੇਖ ਕੇ ਤਿਲ ਤਿਲ ਮਰਦੇ ਪਏ ਆ। ਇਹ ਦੇਣ ਆ ਇਸ ਆਮ ਆਦਮੀ ਪਾਰਟੀ ਦੀ ਸਰਕਾਰ। ਨਹੀਂ, ਅਸੀਂ ਵੈਸਟ ਦੇ ਮੁੱਦਿਆਂ ਤੇ ਕੰਸੈਂਟਰੇਟ ਕਰਨਾ ਤੇ ਵੈਸਟ ਦੇ ਮੁੱਦਿਆਂ ਤੇ ਕੰਸੈਂਟਰੇਟ ਕਰਾਂਗੇ। ਅਰਵਿੰਦ ਕੇਜਰੀਵਾਲ ਨੂੰ ਲੈ ਕੇ ਤੁਸੀਂ ਬਿਆਨ ਦਿੱਤਾ ਸੀਗਾ, ਉਹਨਾਂ ਨੇ ਅਰੋੜਾ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਤਾਂ ਲੋਕ ਸੁਣਾ ਖਾਂਦੇ ਨੇ ਤੇ ਚਰਨਜੀਤ ਸਿੰਘ ਚੰਨੀ 111 ਦਿਨ ਸਰਕਾਰ 'ਚ ਰਹੇ ਨੇ, ਉਹਨਾਂ ਨੂੰ ਦੇਸ਼ ਭੱਜਣਾ ਪਿਆ, ਉਹ ਕਹਿੰਦੇ ਇਸ ਮਾਮਲੇ 'ਚੋਂ ਕੁਛ ਨਾ ਹੀ ਬੋਲਣ ਤਾਂ ਬਿਹਤਰ। ਉਹ ਯਾਰ, ਅਮਨ ਅਰੋੜੇ ਨੂੰ ਆਪ ਨਹੀਂ ਕੋਈ ਪੁੱਛਦਾ ਵਿਚਾਰੇ ਨੂੰ, ਮੈਂ ਕਿਵੇਂ ਉਹਦੇ ਲੈ ਲਏ ਆ, देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।